ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਟਰਬਨ ਬੈਂਕ ਪੰਜਾਬ। ਸੋ ਦੋਸਤੋ, ਅਸੀਂ ਅੱਖਰਾਂ ਦੀ ਬਣਾਵਟ ਸੰਬੰਧੀ ਲਗਾਤਾਰ ਜਮਾਤਾਂ ਤੁਹਾਡੇ ਤੱਕ ਲੈ ਕੇ ਆਉਂਦੇ ਹਾਂ, ਅਤੇ ਜੇਕਰ ਤੁਸੀਂ ਹਜੇ ਤੱਕ ਇਸ ਯੂਟਿਊਬ ਪੰਨੇ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਤੁਸੀਂ ਇਸ ਪੰਨੇ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ, ਅਤੇ ਇੱਕ ਘੰਟੀ ਦਾ ਨਿਸ਼ਾਨ ਹੈ ਜੋ ਨਾਲ, ਉਸ ਨੂੰ ਵੀ ਦੱਬ ਦਿਓ ਤਾਂ ਕਿ ਅਜਿਹੀਆਂ ਵੀਡੀਓ ਤੁਹਾਡੇ ਤੱਕ ਲਗਾਤਾਰ ਪਹੁੰਚਦੀਆਂ ਰਹਿਣ। ਅੱਜ ਅਸੀਂ ਟੈਂਕੇ ਬਾਰੇ ਗੱਲ ਕਰਾਂਗੇ। ਟੈਂਕਾ ਕਿਸ ਤਰ੍ਹਾਂ ਪਾਈਏ ਕਿ ਇੱਕ ਸਿੱਧੀ ਲਾਈਨ ਖਿੱਚਣੀ ਹੈ, ਡੰਡੀ ਛੋਟੀ ਰੱਖਣੀ ਹੈ, ਉੱਥੋਂ ਅਸੀਂ ਖੱਬੇ ਹੱਥ ਚਲੇ ਜਾਣਾ। ਅੱਗੇ ਜਾ ਕੇ ਅਸੀਂ ਥੋੜ੍ਹਾ ਜਿਹਾ ਥੱਲੇ ਨੂੰ ਹੋ ਜਾਣਾ, ਹਲਕਾ ਜਿਹਾ ਥੱਲੇ ਨੂੰ। ਇਹਦੇ ਬਾਅਦ ਗਲਾਈ ਕੰਮ ਕਰੇਗੀ ਜੋ ਖੱਬੇ ਹੱਥ ਤੋਂ ਸ਼ੁਰੂ ਕਰਕੇ ਸੱਜੇ ਵੱਲ ਜਾਣਾ, ਇੱਥੋਂ ਖੱਬੇ ਹੱਥ ਤੋਂ ਸ਼ੁਰੂ ਕਰਕੇ ਸੱਜੇ ਵੱਲ ਚਲੇ ਜਾਣਾ। ਇਸੇ ਦਾ ਹੀ ਫੱਫਾ ਬਣ ਜਾਣਾ ਅਤੇ ਇਸੇ ਤੋਂ ਹੀ ਈੜੀ ਬਣ ਜਾਣੀ ਆ। ਸੋ ਦੁਬਾਰੇ ਪਾਈਏ ਟੈਂਕਾ। ਸੋ ਟੈਂਕ ਅੱਖਰ ਟੈਂਕੇ ਤੋਂ ਹੀ ਅਸੀਂ ਫੱਫਾ ਬਣਾ ਲਵਾਂਗੇ। ਸੋ ਬਹੁਤ ਬਹੁਤ ਧੰਨਵਾਦ, ਲਗਾਤਾਰ ਜੁੜੇ ਰਹੋ।